ਦੋਮਦੜੀ ਹੈ ਸਾਰਾ ਬਣਿਆ ਪਿਆ। ਕੀ ਹਾਲ ਹੈ ਪਾਰਜ਼ ਆਖਰੀਅਤ ਰਾਜ਼ੀ ਸੇ ਠੀਕ ਹੈ। ਇਹ ਹੁਣ ਕੀ ਲਾਦੇ ਕੀ ਪਏ ਹੋ? ਹਾਂਜੀ ਅਜਵਾ ਦੀ। ਅੱਛਾ ਅੱਛਾ, ਇਹਦੀ ਕਿੰਨੀਆਂ ਡੱਕਾਂ ਕਿੰਨੀਆਂ ਨੇ ਇਹਦੀਆਂ? 11 ਡੱਕਾਂ ਨੇ। ਸਾਰੀਆਂ ਸੋਮਾ ਹੀ ਖਲੋਤੀਆਂ ਨੇ ਨਾਲ ਪਰ ਕਿੰਨੇ ਤਵੇ ਨਾ ਖੋਲੇ ਨੇ? ਖਰਚੇ ਦੀ ਮਾਲ ਹੀ ਨਾ ਬਣੇ। ਮੈਂ ਕਹਿੰਦਾ ਖਰਚਾ ਹੀ ਕੋਲਾ ਕੋਲਾ ਵੇਖੀਏ ਰੇਖੀਏ, ਮਾਲ ਸਾਡੀ ਬੁੰਡ ਪਾੜੀ ਆਵੇ ਤੇ ਗੱਲ ਕੋਈ ਨੀ ਹੈਗਾ। ਇਹਨੇ ਮਾਫੀ ਕੋਈ ਨੀ ਦੇਣੀ, ਬਲੋਰ ਚੱਲ ਗਿਆ, ਇਹਨੇ ਚੂਸ ਕੇ ਫਰਾ ਮਾਰ ਦੇਣਾ। ਮੈਂ ਵੀ ਇਹ ਜ਼ਹਿਨ ਬਣਾਉਣਾ ਪਿਆ ਕਿ ਨਾ ਕੋਈ ਪ੍ਰਾਈਜ਼ ਜ਼ਿਗਜ਼ੈਗ ਕਰਨ ਦੀ ਇਹਦੇ 'ਤੇ, ਖੁੱਡੇ ਛੁੱਡੇ ਚੇਂਜ ਕਰਨ ਦੇ, ਕੋਈ ਨੁਕਸਾਨ ਤਾਂ ਨਹੀਂ ਕਰਨੇ ਹੈਗੇ। ਮਾਲ ਹਰ ਕੱਚੀ ਇੱਟ ਦਾ ਸਾਰਾ ਕੁਝ ਸਿਸਟਮ, ਉਹਨਾਂ ਜਿਵੇਂ ਦਾ ਮਾਲ ਹੋਵੇ ਵੇਖਣ ਨੂੰ ਖਲੋਤਾ, ਤੋੜ ਸਿਰ ਤੋਂ ਲੈ ਕੇ ਪੈਰ ਤੱਕ ਸੋਮਾ ਦਮਾਂ ਨੇ। ਅਤੇ ਇਹ ਮਾਲ ਲੋਡ ਹੋ ਰਿਹਾ ਇੰਝ ਜਿਵੇਂ ਇਹ ਵੀ ਦੋਮਦੜ ਹੈਗੀ, ਰੰਗ ਹੀ ਕੋਈ ਨਹੀਂ ਮਾਲ ਦਾ ਹੈਗਾ। ਨਹੀਂ ਆਪਣੇ ਵਾਲੀ ਜਿਹੜੀ ਅੱਟੇ ਉਹਦਾ ਰੰਗ ਬਹੁਤ ਜ਼ਿਆਦਾ ਬਣ ਗਿਆ, ਇਹਦਾ ਕੋਈ ਨਹੀਂ। ਆ ਤੀਸਰੇ ਵਾਰੀ ਲੈ ਚੁੱਕੇ ਸਟਾਕ, ਇਹਦਾ ਇਹੀ ਹਾਲ ਹੈ। ਮੇਰਾ ਇੱਕ ਦੋਸਤ ਸੀ, ਉਹ ਆਉਂਦਾ ਸੀ ਪੁੱਛਦਾ ਪਿਆ ਸੀ ਮੈਨੂੰ ਕਿ ਤੁਹਾਡੇ ਕੋਲ ਕੀ ਸੂਰਤ ਹਾਲ ਹੈ ਬੱਠੇ 'ਤੇ। ਮੈਂ ਕਿਹਾ ਇੱਕ ਬਣਿਆ ਤਾਂ ਹੈ ਵੇ, ਬਸ ਅੱਲਾ ਤਵੱਕਲ ਹੀ ਚੱਲ ਰਿਹਾ।